ਤੁਹਾਡੀ ਯੂਨੀਵਰਸਿਟੀ ਸਭ ਤੋਂ ਯੂਨੀਵਰਸਿਟੀ ਆ ਉਹ ਪਲੇਅਰਾਂ ਨੂੰ ਇੱਥੇ ਛੱਡ ਰਹੀ ਆ ਵਿੱਚ ਰਾਹ ਦੇ ਆ ਬੰਦਿਆਂ ਨੇ ਸਾਨੂੰ ਕੁੱਟਣ ਵਾਸਤੇ ਭਾਈ ਦੇਖ ਲਓ ਤੁਸੀਂ ਬੰਦੇ ਇਕੱਠੇ ਕਰ ਲਏ ਸੀ ਯੂਨੀਵਰਸਿਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਗਾਇਜ਼ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਅੱਜ ਆਪਾਂ ਜਾ ਰਹੇ ਹਾਂ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਜਲੰਧਰ ਵਿੱਚ ਅਤੇ ਅਸੀਂ ਆਏ ਹੋਏ ਸੀ ਪੰਜਾਬ ਪੰਜਾਬ ਕਿਹੜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਮੇਰੇ ਮੂੰਹ 'ਚੋਂ ਪੰਜਾਬੀ ਯੂਨੀਵਰਸਿਟੀ ਨਿਕਲ ਆਇਆ ਅਸੀਂ ਆਏ ਸੀਗੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਅਸੀਂ ਮਿਹਨਤ ਕੀਤੀ ਇੱਥੇ ਰੱਜ ਕੇ ਜਿਵੇਂ ਤੁਸੀਂ ਲਾਸਟ ਵੀਲੋਗ ਦੇਖਿਆ ਹੋਣਾ ਪ੍ਰੈਕਟਿਸ ਉੱਡ ਗਿਆ ਜਿਵੇਂ ਤੁਸੀਂ ਲਾਸਟ ਵੀਲੋਗ ਦੇਖਿਆ ਹੋਣਾ ਆਪਣਾ ਹੈ ਨਾ ਅਤੇ ਹਾਰਡ ਪ੍ਰੈਕਟਿਸ ਵਾਲਾ ਹੈ ਨਾ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਦੇਖੋ ਇੱਥੇ ਜਲੰਧਰ ਹਾਰਡ ਪ੍ਰੈਕਟਿਸ ਹਾਰਡ ਪ੍ਰੈਕਟਿਸ ਆ ਸਾਡੇ ਸੰਦੀਪ ਪਾਲ ਸਿੰਘ ਜੀ ਦਰਸ਼ਨ ਹੋਏ ਇਹਨਾਂ ਦੇ ਵਾਹਿਗੁਰੂ ਜੀ ਕੀ ਅਤੇ ਐਜ਼ ਯੂ ਨੋ ਦੀ ਮੌਸਮ ਇਜ਼ ਵੈਰੀ ਔਸਮ ਐਂਡ ਵੀ ਆਰ ਆਲਸੋ ਲੁਕਿੰਗ ਵੈਰੀ ਘੈਂਟ ਗਾਈਜ਼ ਮੈਨੂੰ ਕਮੈਂਟ ਕਰਕੇ ਬਤਾਓ ਮੈਂ ਵਿੰਡਸ਼ੀਲਡ ਕੋ ਕਹਾਂ ਰੱਖੂੰ ਵਾਹ ਇਹ ਨਾ ਬੀਚ ਮੇਂ ਆਈ ਜਾਤਾ ਹੈ ਮੇਰੀ ਜੋ ਹਿੰਦੀ ਆ ਟੂਟੀ ਫੂਟੀ ਹੈ ਪਰ ਆਪ ਮੈਨੂੰ ਪਤਾ ਕੰਮ ਚਲਾ ਲੇਂਗੇ ਇਸੇ ਤੋ ਹਮ ਅਭੀ ਜਾ ਰਹੇ ਹੈ ਗੇਟ ਨੰਬਰ 2 ਪੇ ਜੋ ਹਮਾਰੀ ਯੂਨੀਵਰਸਿਟੀ ਕਾ ਗੇਟ ਹੈ ਵਹਾਂ ਸੇ ਹਮ ਲੇਂਗੇ ਕੁਛ ਲੇਂਗੇ ਕੁਛ ਲੇਂਗੇ ਫਰੈਂਡਸ ਹੁਣ ਅਸੀਂ ਜਾ ਰਹੇ ਹਾਂ ਬੱਸ ਸਟੈਂਡ ਅਤੇ ਅਸੀਂ ਜਾ ਰਹੇ ਹਾਂ ਬਟ ਸਾਨੂੰ ਛੱਡਣ ਜਾਏਗਾ 3 ਵੀਲਰ ਬੱਸ ਹੈ ਜੀ ਬੱਸ ਵੱਡੀ ਬੱਸ 6 ਜਣਿਆਂ ਵਾਸਤੇ ਸਪੈਸ਼ਲ ਵੱਡੀ ਬੱਸ ਹੈ ਵੱਡੀ ਬੱਸ ਜਾ ਰਹੀ ਹੈ ਸਾਡੇ ਨਾਲ ਤੇ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਸਾਡੀ ਇੰਨੀ ਰਿਸਪੈਕਟ ਕਰਦੇ ਆ ਬਟ ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਜਾਣਾ ਆ ਹਨਾ ਤੁਸੀਂ ਆਪਣੇ ਆਟੋ ਰਿਕਸ਼ਾ ਨੂੰ ਬਾਹਰ ਕੱਢ ਕੇ ਜਾਣਾ ਵਾ ਯੂਨੀਵਰਸਿਟੀ ਦਾ ਦਿਮਾਗ ਦੇਖੋ ਤੁਹਾਨੂੰ ਨਹੀਂ ਲਿਜਾ ਰਹੇ ਸੋਰੀ ਉਹਨੇ ਤਾਂ ਆਪਾਂ ਨੂੰ ਲੈ ਕੇ ਜਾਣਾ ਹੈ ਯੂਨੀਵਰਸਿਟੀ ਦਾ ਦਿਮਾਗ ਦੇਖੋ 7 ਦਿਨ ਵਾਸਤੇ 30 ਦਿਨਾਂ ਦੀ ਛੁੱਟੀ ਆ ਫਿਰ ਸਾਡੀ ਚੜਾਈ ਆ ਪੂਰੀ ਤੁਸੀਂ ਦੇ ਸਕਦੇ ਹੋ ਸਾਡੇ ਵਾਸਤੇ ਸਪੈਸ਼ਲ ਬੱਸ ਦਿਖਾਓ ਬੱਸ ਦਿਖਾਓ ਆ ਦੇਖੋ ਬੱਸ ਸਪੈਸ਼ਲ ਸਾਡੇ ਵਾਸਤੇ ਆਈ ਹੈ ਸਾਨੂੰ ਬੱਸ ਸਟੈਂਡ ਨਹੀਂ ਜਲੰਧਰ ਤੱਕ ਲੈ ਕੇ ਜਾਏਗੀ ਕਿਹੜਾ ਲਗਾ ਮੇਰਾ ਮਜ਼ਾਕ ਸਾਨੂੰ ਬੱਸ ਸਟੈਂਡ ਤੱਕ ਲੈ ਕੇ ਜਾਊਗੀ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਬੱਸ ਸਟੈਂਡ ਸਾਲ ਗਰਲ ਫਰੈਂਡਸ ਇਹ ਉਹ ਆਦਮੀ ਹੈ ਜੋ ਕਭੀ ਕਭੀ ਨਾ ਆਇਆ ਹੈ ਇਸ ਲਈ ਆਪ ਇਸ ਸੇ ਰਿਕਵੈਸਟ ਕਰੇਂਗੇ ਉਹ ਆਜ ਆਜ ਦੇਖੋ ਜਹਾਂ ਸੇ ਗੋਰਾ ਹੈ ਜੀ ਆਜ ਗੋਰਾ ਹੈ ਯਹਾਂ ਸੇ ਕਾਲਾ ਹੈ ਯਹਾਂ ਸੇ ਨੀਲਾ ਹੈ ਯਹਾਂ ਸੇ ਪੀਲਾ ਹੈ ਭਾਈ ਕਹਤੇ ਦੁਬਾਰਾ ਦੱਸ ਭਾਈ ਦੇ ਦੱਸ ਡਰਦਾ ਚਾਚਾ ਕੈਸਾ ਲੱਗ ਰਿਹਾ ਹੈ ਆਪਾਂ ਹੁਣ ਬੱਸ ਸਟੈਂਡ ਖੜੇ ਹਾਂ ਆਪਾਂ ਜਲੰਧਰ ਦੀ ਬੱਸ ਫੜਾਂਗੇ ਸਾਰੇ ਜਣੇ ਅਸੀਂ ਵੇਟ ਕਰ ਰਹੇ ਹਾਂ ਏਸੀ ਬੱਸ ਦੀ ਜੇ ਏਸੀ ਬੱਸ ਮਿਲ ਗਈ ਤਾਂ ਬਹੁਤ ਵਧੀਆ ਕਹਿੰਦੇ ਸਾਨੂੰ ਰੋਡਵੇਜ਼ 'ਤੇ ਜਾਣਾ ਪੈਣਾ ਕਹਿੰਦੇ ਨਹੀਂ ਆ ਗਈ ਰੋਡਵੇਜ਼ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਭਾਜੀ ਬੜੀ ਦਲੇਰੀ ਵਾਲਾ ਕੰਮ ਕਰਕੇ ਆਏ ਨੇ ਸਾਨੂੰ ਬੱਸ ਮਿਲ ਗਈ ਹੈ ਜੀ ਪੰਜਾਬ ਰੋਡਵੇਜ਼ ਪੁੱਛ ਲਓ ਕਿੱਥੇ ਜਾਣੀ ਆ ਜਲੰਧਰ ਜੀ ਲਓ ਜੀ ਬੱਸ ਮਿਲ ਗਈ ਆਪਾਂ ਨੂੰ ਭਰਾ ਨੇ ਸਿਸਟਮ ਹੀ ਹਿਲਾਤਾ ਸਾਰਾ ਬੱਸ ਤੇ ਸਾਰੀ ਖਾਲੀ ਪਈ ਆਂਗੇ ਇੱਥੇ ਯਸ਼ ਆ ਜਾ ਲਓ ਮੇਰੇ ਮਿੱਤਰੋ ਏਸੀ ਬੱਸ ਚ ਆਇਆ ਆਪਾਂ ਏਸੀ ਬੱਸ ਚ ਸ਼ੈਰੀ ਕਿੱਥੇ ਸ਼ੈਰੀ ਕਮ ਆਨ ਬੇਬੇ ਬੱਸ ਬਹੁਤ ਵਧੀਆ ਆ ਤੇ ਵੀ ਆਰ ਫੀਲਿੰਗ ਵੈਰੀ ਕੂਲ ਫਸਲੀ ਚਾਹੀਏ ਅਮੀਰ ਹੋਏ ਫਸਲੀ ਵੀ ਆਰ ਵੈਰੀ ਹੌਟ ਐਂਡ ਨਾਓ ਵੀ ਆਰ ਫੀਲਿੰਗ ਵੈਰੀ ਕੂਲ ਆਫਟਰ ਸਿਟਿੰਗ ਹੇਅਰ ਐਂਡ ਨਾਓ ਵੀ ਆਰ ਜਸਟ ਗੋਇੰਗ ਟੂ ਜਲੰਧਰ ਪਲੀਜ਼ ਸਟੇ ਟਿਊਨ ਐਂਡ ਵਾਚ ਫੁੱਲ ਵਲੌਗ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਓਕੇ ਆਈ ਵਿਲ ਮੀਟ ਯੂ ਸੂਨ ਓਕੇ ਬਾਏ ਸਤਿ ਸ਼੍ਰੀ ਅਕਾਲ ਚੁੱਪ ਨਹੀਂ ਕਰਦੇ ਕਮੈਂਟ ਵੀ ਸਾਰੇ ਮੂੰਹ ਨਹੀਂ ਦੇਖਦੇ ਬਾਈ ਈਦ ਮੁਬਾਰਕ ਹੈਲੋ ਬਾਈ ਕਰ ਦੋ ਬਾਈ ਬਾਈ ਕਰ ਦੋ ਬਾਈ ਸਾਡੇ ਚੈਨਲ ਸਬਸਕ੍ਰਾਈਬ ਕਰ ਦੋ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਬੋਲਣਾ ਨਹੀਂ ਹੈ ਉਦੋਂ ਦਿਲ ਨੂੰ ਲੱਗਦੀਆਂ ਇਹੋ ਜਿਹੀਆਂ ਗੱਲਾਂ ਚੰਗਾ ਰੱਬ ਕਰੇ ਤੇਰਾ ਗੋਲਡ ਹੈ ਰੱਬ ਕਰੇ ਤੇਰਾ ਗੋਲਡ ਨਾ ਆਵੇ ਨਾ ਦੇਖ ਲੈ ਰੱਬ ਦੀ ਦੇਖ ਲੈ ਬਾਬੇ ਅਰਦਾਸ ਹੀ ਕਰਤੀ ਉਹਨੇ ਰੱਬ ਨੂੰ ਫਰੈਂਡਸ 9:50 ਪੰਜਾਹ ਮਿੰਟ ਦੇ ਬੈਠੇ ਸੀ ਬੱਸ 'ਚ ਅਤੇ 11:30 ਹੋ ਗਏ ਆ ਫਗਵਾੜੇ ਪਹੁੰਚਣ ਵਾਲੇ ਹਾਂ ਫਗਵਾੜੇ ਤੋਂ ਅਸੀਂ ਬਦਲਣੀ ਆ ਬੱਸ ਉੱਥੋਂ ਅਸੀਂ ਹੁਸ਼ਿਆਰਪੁਰ ਦੀ ਬੱਸ ਲੈਣੀ ਆ ਉਸ ਤੋਂ ਬਾਅਦ ਅਸੀਂ ਜਾਣਾ ਆ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਿੱਥੇ ਕਿ ਇੰਟਰਵਰਸਿਟੀ ਹੋਣੀ ਆ ਅਤੇ ਹਾਲੇ ਤੱਕ ਸ਼ਾਇਦ ਕੋਈ ਟੀਮ ਪਹੁੰਚੀ ਨਹੀਂ
ਆਪਾਂ ਆਪਣੇ ਯਾਰਾਂ ਬੇਲੀਆਂ ਨੂੰ ਫੋਨ ਕਰਕੇ ਪੁੱਛ ਲਿਆ ਵਾ, ਕੋਈ ਵੀ ਨਹੀਂ ਪਹੁੰਚਿਆ। ਸਭ ਤੋਂ ਪਹਿਲੇ ਆਪਾਂ ਪਹੁੰਚਾਂਗੇ, ਉੱਥੇ ਜਾ ਕੇ ਤੁਹਾਨੂੰ ਮਾਹੌਲ ਦਿਖਾਵਾਂਗੇ। ਆਪਾਂ ਪਹੁੰਚ ਗਏ ਜੀ ਫਗਵਾੜੇ, ਇੱਥੋਂ ਬੱਸ ਲੈਣੀ ਆਪਾਂ ਹੁਸ਼ਿਆਰਪੁਰ ਦੀ, ਹੈ ਨਾ ਮੇਰੇ ਵੀਰੋ? ਗਰਮੀ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਗਰਮੀ ਆ ਮੇਰੇ ਵੀਰੋ। ਮਿਲਦੇ ਹਾਂ ਤੁਹਾਨੂੰ ਫਗਵਾੜੇ ਵਾਲੀ ਬੱਸ 'ਚ 4.5। ਤੁਸੀਂ ਦੇਖ ਸਕਦੇ ਹੋ ਗਰਮੀ ਬਹੁਤ ਜ਼ਿਆਦਾ ਆ, ਅਤੇ ਤੁਰਿਆ ਤੁਰਿਆ ਚੱਲ ਰਾਹੀ। ਰੱਬ ਆਪ ਹੀ ਤੁਹਾਨੂੰ ਰਾਹ ਦਿਖਾਏਗਾ, ਆਪਣਾ ਮਕਸਦ ਆ ਮਿਹਨਤ ਕਰਨਾ, ਅਤੇ ਫਲ ਰੱਬ ਆਪ ਹੀ ਝੋਲੀ ਪਾਏਗਾ। ਤਾਂ ਅਤੇ ਆਪਾਂ ਹੁਣ ਮਿਹਨਤ ਕਰ ਰਹੇ ਹਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵੱਲ ਵੱਧਦੇ ਜਾਂਦੇ ਹੋਏ, ਸਿੰਘ ਸੂਰਮੇ ਕਲਗੀਧਰ ਦੇ ਤੁਰਦੇ ਜਾਂਦੇ ਨੇ। ਏ ਸੀ ਬੱਸ ਤੋਂ ਉਤਰ ਕੇ PRTC 'ਚ ਬੈਠਦੇ ਹੋਏ ਉਹਦੇ, ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਇੱਥੇ ਦੇ, ਕੰਮ ਬਾਹਲਾ ਖਰਾਬ ਹੋ ਗਿਆ ਹੁਣ ਤਾਂ, ਸਾਨੂੰ ਬੱਸ ਹੀ ਨਹੀਂ ਮਿਲੀ, ਫਿਰ ਅਸੀਂ ਹੁਣ ਦੂਜੀ ਬੱਸ 'ਚ ਬੈਠੇ ਹਾਂ, ਸਰਕਾਰੀ ਬੱਸ 'ਚ। ਪਿੱਛੇ ਬੋਰਡ ਲੱਗਿਆ ਹੋਇਆ ਬਸ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਅਤੇ ਮੈਨੂੰ ਲੱਗਦਾ ਇੱਧਰ ਨੂੰ ਜਾਣਾ ਪੈਣਾ ਵਾ, ਐਰੋ ਤਾਂ ਇੱਧਰ ਦਾ ਹੀ ਆ, ਅਤੇ ਤੁਰ ਕੇ ਤਾਂ ਜਾਣਾ ਨਹੀਂ ਆਪਾਂ ਨੂੰ, ਸ਼ਾਇਦ ਬੱਸ ਲੈਣਾ ਹੋਊਗੀ। ਬਟ ਅੰਕਲ ਜੀ ਮਿਲ ਗਏ ਆਪਾਂ ਨੂੰ, ਅੰਕਲ ਜੀ ਨੂੰ ਪੁੱਛਦੇ ਹਾਂ ਕਿ ਹਾਂਜੀ ਆਪਾਂ ਇਸ 'ਤੇ ਹੀ ਜਾਣਾ ਵਾ, ਤੁਹਾਨੂੰ ਦਿਖਾਉਂਦੇ ਹਾਂ ਜਾ ਕੇ ਯੂਨੀਵਰਸਿਟੀ। ਆਪਾਂ ਪਹੁੰਚ ਗਏ ਹਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਆ ਰਿਹਾ ਪਿੱਛੇ ਬੈਨਰ ਲੱਗਿਆ ਹੋਇਆ ਵਾ, ਜਿਹੜਾ ਟੂਰਨਾਮੈਂਟ ਹੋਊਗਾ ਤੁਹਾਨੂੰ ਮੈਂ ਦਿਖਾ ਦਿੰਦਾ ਦੇਖ ਲਓ ਤੁਸੀਂ ਚੰਗੀ ਤਰ੍ਹਾਂ। ਅਤੇ ਇਹ ਗਰਾਊਂਡ ਇੱਧਰਲੀ ਸਾਈਡ ਆ, ਆ ਯੂਨੀਵਰਸਿਟੀ ਆ, ਐਂਡ ਨਾਓ ਆਪਾਂ ਹੁਣ ਦੇਖਦੇ ਹਾਂ ਅੱਗੇ ਆਪਾਂ ਕਿੱਧਰ ਨੂੰ ਜਾਣਾ ਆ। ਉੱਪਰ ਸ਼ੈੱਡ ਲੱਗੇ ਹੋਏ ਆ, ਥੱਲੇ ਮੈਟ ਲੱਗੇ ਹੋਏ ਆ, ਇਹਨਾਂ ਦੋਵਾਂ ਦੇ ਵਿਚਕਾਰ ਸਿੰਘ ਗੱਜਣਗੇ ਅਤੇ ਯੋਧੇ ਭੱਜਣਗੇ। ਦੋ ਮੈਟ ਆ, ਇੱਕ ਪਾਸੇ ਮੁੰਡਿਆਂ ਦੇ ਹੋਣਗੇ ਅਤੇ ਦੂਜੇ ਪਾਸੇ ਵੀ ਮੁੰਡਿਆਂ ਦੇ ਹੋਣਗੇ। ਦੋ ਦਿਨ ਪਹਿਲੇ ਮੁੰਡਿਆਂ ਦੇ ਹੋਣੇ ਆ, ਫਿਰ ਦੋ ਦਿਨ ਕੁੜੀਆਂ ਦੇ ਹੋਣੇ ਆ। ਹਾਲੇ ਤੱਕ ਮੇਰੇ ਮਿੱਤਰੋ ਕੋਈ ਟੀਮ ਨਹੀਂ ਪਹੁੰਚੀ ਇੱਥੇ, ਸਭ ਤੋਂ ਵਿਹਲੇ ਆਪਾਂ ਹੀ ਹਾਂ, ਘਰੋਂ ਕੱਢੇ ਹੋਏ ਹਾਂ ਅਤੇ ਵੇਟ ਕਰਦੇ ਹਾਂ ਬਾਕੀ ਯਾਰਾਂ ਦੋਸਤਾਂ। ਬਟ ਕਹਿੰਦੇ ਇੱਥੋਂ ਗੁਰੂ ਘਰ ਆ ਜੋ 5-6 ਕਿਲੋਮੀਟਰ ਦੂਰ ਆ, ਕਹਿੰਦੇ ਗੁਰਦੁਆਰਾ ਇੱਥੋਂ 5-6 ਕਿਲੋਮੀਟਰ ਦੂਰ ਆ, ਅਤੇ ਸਾਨੂੰ ਭੁੱਖ ਬਹੁਤ ਲੱਗੀ ਆ। ਮੇਰਾ ਯਸ਼ਪ੍ਰਾਸ ਦੋ ਦਿਨਾਂ ਦਾ ਭੁੱਖਾ ਇੰਟਰਵਰਸਿਟੀ ਕਰਕੇ ਅਤੇ ਇਹਨੂੰ ਰੱਜ ਕੇ ਖਾਣਾ, ਅੱਜ ਲੰਗਰ ਖਾਣਾ, ਪਾਣੀ ਪੂਣੀ ਪਿਆ, ਅਤੇ ਮੈਂ ਵੀ ਖਾ ਲਾਂਗਾ ਸੁਜਾਇਆ ਸਿੰਘ ਨਾਮ ਸੁਜਾਨ ਸਿੰਘ। ਗਾਈਜ਼ ਹੁਣ ਅਸੀਂ ਜਾ ਰਹੇ ਹਾਂ ਲੰਚ ਕਰਨ ਵਾਸਤੇ ਮੈਸ ਦੇ ਵਿੱਚ, ਮੁੰਡਿਆਂ ਨੇ ਸ਼ਰਤ ਲਾਈ ਆ, ਕਹਿੰਦੇ ਜੇ ਮੈਂ ਏਰੀਅਲ ਮਾਰਤੀ ਤਾਂ ਮੈਨੂੰ ਖਵਾਉਣਗੇ ਇੱਕ ਬਰਗਰ ਇੱਕ ਪੀਜ਼ਾ। ਮਿੱਤਰ ਪਿਆਰੇ ਜਾਂਦੇ ਹੋਏ ਗੁਰੂ ਘਰਾਂ ਵੱਲ ਨੂੰ, ਮੌਸਮ ਬਹੁਤ ਘੈਂਟ ਹੋ ਚੁੱਕਿਆ ਵਾ ਫਰੈਂਡਸ, ਅਤੇ ਹਵਾ ਚੱਲ ਰਹੀ ਆ ਠੰਡੀ। ਸਤਿ ਸ਼੍ਰੀ ਅੰਕਲ ਜੀ, ਠੀਕ ਠਾਕ ਜੀ? ਠੀਕ ਹੈ ਜੀ। ਤੁਹਾਡੇ ਨਾਲ ਬਹੁਤ ਮਾੜੀ ਹੋ ਗਈ ਵੀਰੇ, ਉਹ ਸਾਨੂੰ ਦਿੱਤਾ ਸੀ ਹਾਲ ਸਾਰਿਆਂ ਨੂੰ, ਅਤੇ ਉੱਥੇ ਕਹਿੰਦੇ ਕਿ ਇੱਕ ਹਾਲ 'ਚ ਸਾਰੇ ਪਲੇਅਰ ਬਹਿਣਗੇ, ਜਿੰਨਾ ਵੀ 50-60 ਪਲੇਅਰ ਆਊਗਾ, ਅਤੇ ਹੁਣ ਸਾਰਿਆਂ ਦੇ ਮੂਡ ਡੇ ਹੋਇਆ ਕਿਉਂਕਿ ਐਜ਼ ਯੂ ਨੋ ਦੇ ਆਰ ਵੈਰੀ ਪ੍ਰਾਈਵੇਟ ਥਿੰਗਸ ਦੈਟ ਵੀ ਕੈਪ ਵਿਦ ਅਸ, ਸੋ ਵੀ ਕਾਂਟ ਲਿਵ ਵਿਦ ਦੈਮ। ਆਈ ਐਮ ਵੈਰੀ ਗੁੱਡ ਨਿਊਜ਼ ਹੈ ਨਾ, ਅਸੀਂ ਹੁਣ ਫਿਰ ਐਵੇਂ ਆ ਕਿ ਪ੍ਰਾਈਵੇਟ ਚੀਜ਼ਾਂ ਹੁੰਦੀਆਂ, ਹੈ ਨਾ, ਹਰੇਕ ਪਲੇਅਰ ਵੀ ਉਹਨਾਂ ਨੂੰ ਫਰਮਾਇਸ਼ ਕੀਤੀ ਆ ਕਿ ਸਾਨੂੰ ਰੂਮ ਮਿਲੇ, ਅਤੇ ਅਸੀਂ ਸਾਰੇ ਉਹਨਾਂ ਨਾਲ ਲੜ ਰਹੇ ਹਾਂ, ਫੋਨ ਕਰ ਰਹੇ ਹਾਂ ਉਹਨਾਂ ਨੂੰ, ਸਾਨੂੰ ਰੂਮ ਚਾਹੀਦਾ ਬਈ। ਦੇਖ ਲਓ ਬਈ, ਬੁਲਾ ਲੈਂਦੇ ਨੇ ਇੰਨੀ ਦੂਰੋਂ, ਹੈ ਨਾ, ਰੱਖ ਲੈਂਦੇ ਨੇ ਕੰਪੀਟੀਸ਼ਨ ਵੱਡੇ, ਇੱਕ ਰੂਮ ਨਹੀਂ ਦੇ ਰਹੇ ਸਾਨੂੰ, ਸਾਨੂੰ ਕਹਿੰਦੇ ਕਿ ਅਸੀਂ ਰੂਮ ਨਹੀਂ ਦੇਣਾ, ਸਾਨੂੰ ਰੂਮ ਅਲੋਟ ਨਹੀਂ ਕੀਤੇ ਹੋਏ ਇਹਨਾਂ ਨੇ। ਆਹ ਤਾਂ ਯਾਰ ਬਹੁਤ ਗਲਤ ਗੱਲ ਆ, ਹੈ ਨਾ, ਇੰਨੀ ਜ਼ਿਆਦਾ ਹਰਾਸਮੈਂਟ ਹੋ ਰਹੀ ਆ ਸਾਨੂੰ ਹੁਣ, ਅਤੇ ਅਸੀਂ ਸਾਡਾ ਮਰਨ ਹੋਇਆ ਵਾ, ਸਿਸਟਮ ਇੰਨਾ ਕਿ ਖਰਾਬ ਹੈ ਨਾ ਇਸ ਯੂਨੀਵਰਸਿਟੀ ਦਾ, ਸਾਨੂੰ ਰੂਮ ਨਹੀਂ ਮਿਲ ਰਿਹਾ। ਦੇਖੋ ਸਾਫ ਜੀ ਗੱਲ, ਹੈ ਨਾ, ਤੁਹਾਡੇ ਸਾਹਮਣੇ ਆਪਾਂ ਕਰ ਦਈਏ, ਬਸ ਰੈਫਰੀਆਂ ਨੂੰ ਮਿਲੇ ਆ, ਅਤੇ ਹਾਂ ਬਾਈ ਵਲੋਗਰ ਮੈਂ ਹੀ ਹਾਂ,
ਤੇ ਹੁਣ ਚੱਕਰ ਐਵੇਂ ਆ ਕਿ ਹੁਣ ਅਸੀਂ ਗੁਰਦੁਆਰੇ ਜਾ ਰਹੇ ਹਾਂ ਜਿਹੜਾ ਕਿ ਇੱਥੋਂ 3-4 ਕਿਲੋਮੀਟਰ ਹੈਗਾ ਆ। ਹੁਣ ਆਪਾਂ ਗੁਰਦੁਆਰੇ ਗਏ ਸੀਗੇ, ਦੇਖੋ ਇੱਥੇ ਦੀ ਮੈਨੇਜਮੈਂਟ ਕਿੰਨੀ ਵਧੀਆ ਆ। ਗੁਰਦੁਆਰੇ ਤੋਂ ਵੀ ਸਾਨੂੰ ਸਾਫ਼ ਜਵਾਬ ਦਿੱਤਾ ਉਹਨਾਂ ਨੇ, ਕਹਿੰਦੇ ਕਿ ਤੁਹਾਨੂੰ ਕੋਈ ਰੂਮ ਨਹੀਂ ਮਿਲਣਾ, ਤੁਹਾਡੀ ਜੋ ਸਾਰਾ ਸਿਸਟਮ ਆ ਹਨਾ ਉਹ ਸਾਰਾ ਯੂਨੀਵਰਸਿਟੀ ਵਾਲਿਆਂ ਨੇ ਕੀਤਾ ਹੋਇਆ ਵਾ। ਬਟ ਉੱਥੇ ਤੁਹਾਨੂੰ ਪਤਾ ਆ ਇਕੱਲਾ ਹੋ ਲਿਆ, ਰਹਿਣਾ ਔਖਾ ਆ, ਸਾਰੀਆਂ ਟੀਮਾਂ ਆਣਗੀਆਂ। ਹੁਣ ਫਿਰ ਅਸੀਂ ਜਾ ਰਹੇ ਹਾਂ ਯੂਨੀਵਰਸਿਟੀ, ਉੱਥੇ ਜਾ ਕੇ ਦੇਖਦੇ ਹਾਂ। ਕੁੱਲ ਮਿਲਾ ਕੇ ਸਾਡੇ ਨਾਲ ਹੋਈ ਨਾ ਇਨਸਾਫੀ ਆ, ਇੰਨਾ ਤੁਰ ਕੇ ਆਏ ਅਸੀਂ ਤੇ ਹੁਣ ਸਾਨੂੰ ਫਿਰ ਦੁਬਾਰਾ ਵਾਪਸ ਉੱਥੇ ਜਾਣਾ ਪੈ ਰਿਹਾ। ਫਿਰ ਦੇਖਦੇ ਹਾਂ ਆਪਾਂ ਕੀ ਬਣਦਾ, ਅਸੀਂ ਉਹਨਾਂ ਨੂੰ ਲਿਫਟ ਲੈ ਲਈਏ। ਵੀਰੇ ਪਲੀਜ਼ ਲੈ ਜਾਓ ਆ ਭਰਾ ਮੇਰਾ, ਸਾਨੂੰ ਲਿਫਟ ਮਿਲ ਗਈ, ਲਿਫਟ 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 ਲਿਫਟ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਆਪਾਂ ਹੁਣ ਆਪਣਾ ਸੈਕਿੰਡ ਡੇ, ਬਟ ਟੂਰਨਾਮੈਂਟ ਦਾ ਫਸਟ ਡੇ ਆ, ਅਤੇ ਆਪਾਂ ਜਿਨ੍ਹਾਂ ਦੀ ਵੇਟ ਕਰ ਰਹੇ ਸੀ ਆਪਣੇ ਟਿੰਕੂ ਮਿੰਕੂ ਸ਼ਿੰਕੂ ਪਿੰਕੂ ਸਾਰੇ ਆ ਗਏ, ਅਤੇ ਆਪਣਾ ਦਵਿੰਦਰ ਸਿੰਘ ਵੀ ਆ ਗਏ ਆ, ਅਤੇ ਬਿਮਾਰ ਹੈ ਵਿਚਾਰਾ ਥੋੜ੍ਹਾ ਜਿਹਾ। ਅਤੇ ਟੂਰਨਾਮੈਂਟ ਜਿਵੇਂ ਤੁਸੀਂ ਕੱਲ੍ਹ ਦੇਖ ਰਹੇ ਹੋ ਸਾਡਾ ਹਾਲ ਕਿੰਨਾ ਬੁਰਾ ਹੋਇਆ ਸੀਗਾ ਹੈ ਨਾ, ਕਮਰਾ ਕੁਮਰਾ ਮਿਲਿਆ ਨਹੀਂ ਸੀ, ਅਤੇ ਆਪਾਂ ਫਿਰ ਉੱਥੇ ਹੀ ਹੋਲ 'ਚ ਪੈ ਗਏ ਹੈ ਨਾ ਐਂਡ 'ਚ। ਕਹਿੰਦੇ ਨੇ ਗਰਾਊਂਡ ਇਨਡੋਰ ਆ, ਇਨਡੋਰ ਆ, ਇਨਡੋਰ ਆ, ਇੰਨਾ ਜ਼ਿਆਦਾ ਇੰਨ ਹੈ ਨਾ ਉਹਦਾ ਡੋਰ, ਸਾਨੂੰ ਡੋਰ ਹੀ ਨਹੀਂ ਲੱਭ ਰਿਹਾ। ਦੇਖੋ ਡੋਰ ਕਿਹਨੂੰ ਜਿਤਾਣਾ ਇਹਨਾਂ ਦੀ ਗੱਲ ਬਹੁਤ ਗਲਤ ਹੈ। ਇਹ ਆਹ ਦੋ ਰੈਫਰੀ, ਤਿੰਨ ਰੈਫਰੀ ਆ ਖੜੇ ਨੇ, ਕਿਹਨਾਂ ਨੂੰ ਹਰਾਣਾ ਤੇ ਕਿਹਨਾਂ ਨੂੰ ਜਾਣਾ। ਇਹ ਤੁਹਾਡਾ ਦੁਮਾਲਾ ਕਿੱਧਰ ਜਾ ਰਿਹਾ ਹੈ, ਇਹ ਕਿਆ ਖੋਲ ਰਹੇ ਹੋ ਤੁਮ? ਥੋੜਾ ਪਿੱਛੇ ਮੁੜ, ਇੱਕ ਵਾਰ ਫੇਰ ਬੁਲੇ ਆ ਮੇਲੇ ਤੋਲ। ਜੇਬ ਕਦਰੇ ਤੋਂ ਬਚੋ ਵੀਰਿਓ, ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ, ਇੱਥੇ ਬਹੁਤ ਜ਼ਿਆਦਾ ਮਿੱਟੀ ਉੱਡ ਰਹੀ ਹੈ। ਅਸੀਂ ਦੁਬਈ 'ਚ ਪਹੁੰਚ ਚੁੱਕੇ ਹਾਂ। ਡੋਂਕੀ ਲਾ ਰਿਹਾ ਸੀ ਬਾਬੇ ਮੈਚ ਬਹੁਤ ਪਸੰਦ ਕਰ ਰਿਹਾ। ਦੇਖੋ ਆਪਾਂ ਪਹੁੰਚ ਗਏ ਹਾਂ ਸੈਮੀ ਫਾਈਨਲ ਦੇ ਵਿੱਚ। ਮੇਰੇ ਮਿੱਤਰੋ ਸਾਡਾ ਫਾਈਨਲ ਮੈਚ ਜ਼ਰੂਰ ਦੇਖਿਓ ਸਾਰੇ, ਆ ਗਿਆ ਜੀ ਸਾਡਾ ਫਾਈਨਲ ਮੈਚ, ਦੇਖਦੇ ਹਾਂ ਹੁਣ ਕੀ ਬਣਦਾ ਆ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨਾਲ ਆ, ਤੇਰੇ ਤੇ ਉਮੀਦ ਹੈ, ਖਿੱਚ ਕੇ ਰੱਖੀ ਕੰਮ। ਫਾਈਨਲ ਮੈਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨਾਲ, ਜਿਹੜੀ ਯੂਨੀਵਰਸਿਟੀ ਦੇ ਇੱਥੇ ਟੂਰਨਾਮੈਂਟ ਹੋ ਰਿਹਾ ਵਾ, ਫਾਈਨਲ ਮੈਚ ਆ ਸਾਡਾ। ਅਰਦਾਸ ਕਰਿਓ ਸਾਰੇ, ਅਰਦਾਸ ਕੀ ਵਲੋਗ ਦਾ ਬਾਅਦ ਹੀ ਪਾਉਣਾ ਆਪਾਂ। ਆ ਵੀਰ ਹੁਣੀ ਵੀ ਆਪਣੇ ਫਾਈਨਲ 'ਚ ਪਹੁੰਚ ਗਏ ਆ,
बहुत बहुत बधाइया हूँ। तुम क्लिप दिखावे ब्लॉग एंड तक जरूर देखियो, बहुत इंटरस्टिंग बहुत घेंट ब्लॉग चल रहे हैं जो तुम पहले देख लिया वा, हूँ तुम अगे भी देखियो ठीक है। मैच बहुत घेंट चल रहा है जी, बहुत सिरा रौनक लगिया हुई ने मेरे मित्रों, गलबात एंडा पूरी सोटी तो सोटी बज रही है, सोटी तो सोटी बज रही है वीरे, उधर सोटी तो सोटी इधर सर ने पहले तुम्हें कम खिंच के रखना, इधर देखो 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 नहीं शर्मा के अंडर 17 का मैच, अंडर 17 का 70 का मैच रूपन भी ला ले कट्ठे आ जाओ, कट्ठे 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 आ। हां जी दसो कुछ गतके बारे, कुछ दसो विक्रम सिंह जम्मू ने जो गतके नु बहुत प्यार करते हैं। मिलनी का नाम है, चलो ब्रो ब्रो हिट ब्रो, आराम से हाय 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 हाय, ओए ये गलत है, ये छोरा गलत खेल रहा है, भाई भाई चोट तो नहीं लगी, इधर देखो, ओह माय गॉड ब्लड केम इन व्हाट व्हाट ब्लड बंद ले आ, सॉरी आई डोंट नो इंग्लिश, आई एम पैदल फ्रॉम इंग्लिश। साडे योगराज भाजी एनजीआई कोच 4.5 थैंक यू जम्मू तो की नाम है, हरजोत सिंह, हरजोत सिंह जम्मू तो। कैसे सर प्लीज मुझे भी सिखा दो भैया, भागा मत करो मुझे देख कर आप प्लीज, प्लीज वंस अगेन ब्रो 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 कैन यू टेल मी योर स्टेट, तमिलनाडु, तमिलनाडु ओके फर्स्ट टाइम, या ओके वेरी नाइस, योर प्लेस इज डूइंग वेरी गुड, अपने इरंगा देर सुनता तुझे ये बात बस मामला बड़ा गंभीर हो गया है। बूटा वीर जी के लागे ऑब्जेक्शन, देखो हम पीछे मीटिंग चल रही है रेफरियां की, कहते गुरपाल सिंह के फैन मिल गए ने, या यू कैन जॉइन हिम ब्रो, गेट मी यू आल्सो जॉइन, नो नो कितना बड़ा मूव गुरपाल ने, उस एक टीम इवेंट में पहले नंबर पे आए ने कुलदीप सिंह, जसप्रीत सिंह सिंगल है, उस अच्छा ये रहे हैं अपना की कहने हैं मतलब ब्लॉग में मैं चल रहे हैं, बंदे चल रहे हैं जी, बंद रखा चल रही है। चंडीगढ़ यूनिवर्सिटी मोहाली, सी यू मोहाली। इतना फाइनल हो रहा है मैच, निरा धक्का और लास्ट में जी सब बाबा आज मित्रों आप आ गए हैं फर्स्ट ते हुन असी लुट लेना चंडीगढ़ यूनिवर्सिटी नु 22000 मिलू मिलेगा 22000 18000 हुन आपा लेने नजारे कपड़े ताकि बढ़िया होगा एक्स 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 और
गए जी आप ब्लॉग कर रहे हैं इतने खत्म भाई सानू उत्थे तारो सानू इत्थे गड्डी गुड्डी कुछ नहीं मिलना वीरे तुसी फोन कर लो भाई असि असि प्लेयर पटियाले हो किन्ने दिन तों आए आ मैं मनदा तुहाडी गल वीरे मैं मनदा तुहाडी यूनिवर्सिटी आहो प्लेयरां नू इत्थे छड रही आ विच राह दे ओ वीरे मैं थोड़ा यार तुसी फोन करो उहनां नू असि किथे जावांगे असि किथे जावांगे अगे किने हत्थ जा वीर दस्स दो ओ जिथे गेट कॉल करे वीरे ओ गेट वाले मैं बंदे कठे कर ले यूनिवर्सिटी कहिंदे बाहर निकलो तुसी मैं समझदा तुहाडी गल जिथे मैनूं कहता मैं कठाल छड आउणा सारे प्लेयर इत्थे बैठे आ थले देख लो तुसीं देख लो जी हाल यूनिवर्सिटियां का आए थे अपने तो खेडने वास्ते सानू कढ़ता यूनिवर्सिटी जो कहते तुसीं रह नहीं सकते साडा कोच जिन्हें साडी जमा सपोर्ट ने की जसमेल सिंह चंडीगढ़ यूनिवर्सिटी का कोच देख लो साडी जमा सपोर्ट ने की असीं इत्थे रुल रहे हां सानू किराया तक नहीं दिता उन्होंने ये हाल ने जी देख लो यूनिवर्सिटियां दे 8:30 रात दे देख लो प्लेयर सारे आ सीगे चंडीगढ़ यूनिवर्सिटी के प्लेयर अपने वो अगे ने कुछ कुछ असी हाँ ये वीडियो एच डी को जानी है साढ़े को गलती सारी जसमेल सिंह की सानू रात में रखे हुए दिखाओ इधर दिखाओ टाइम दिखाओ डिपार्टमेंट सारी वीडियो दिखाई है कोच ना फोन भी मैसेज किया सर इस टाइम इतने कोच का मैसेज भी फर्ज